ਸਤਿ ਸ਼੍ਰੀ ਅਕਾਲ ਫਰੈਂਡਸ, ਮੈਂ ਹਰਪ੍ਰੀਤ, ਵੈਲਕਮ ਹੈ ਤੁਹਾਡਾ ਮੇਰੇ ਚੈਨਲ 'ਚ, ਜਿਸ ਵਿੱਚ ਮੈਂ ਅੱਜ ਤੁਹਾਨੂੰ ਦੱਸਾਂਗੀ ਕਿ ਸੋਇਆ ਚਾਪਸਟਿਕ ਕਿਵੇਂ ਬਣਾਈ ਦੀ ਹੈ। ਬਹੁਤ ਹੀ ਈਜ਼ੀ ਹੈ, ਆਓ ਵੇਖੀਏ ਕਿਵੇਂ ਬਣਾਈ ਮੈਂ ਫਿਰ ਸੋਇਆ ਚਾਪਸਟਿਕ। ਇੱਥੇ ਮੈਂ 1 ਕੱਪ ਜਿਹੜਾ ਹੈ ਸੋਇਆਬੀਨ ਦਾ ਲਿਆ ਸੀ, ਅਤੇ 1 ਕੱਪ ਹੀ ਜਿਹੜਾ ਮੈਂ ਸੋਇਆ ਚੰਕਸ ਲਿਆ। ਇਹਨੂੰ ਮੈਂ ਥੋੜ੍ਹੀ ਦੇਰ ਲਈ ਭੇ ਲਿਆ ਸੀ, ਉਸ ਤੋਂ ਬਾਅਦ ਮੈਂ ਇਹਨੂੰ ਬੋਇਲ ਕਰ ਲਿਆ ਸੀ। ਬੋਇਲ ਮੈਂ ਇਸ ਕਰਕੇ ਕੀਤਾ ਕਿਉਂਕਿ ਜਿਹੜੀ ਇਹਦੀ ਸਮੈਲ ਹੈ ਉਹ ਚਲ ਜਾਂਦੀ ਹੈ ਬੋਇਲ ਕਰਨ ਨਾਲ, ਅਤੇ ਹਲਕਾ ਜਿਹਾ ਇਹਦੇ ਵਿੱਚ ਪਾਣੀ ਹੈਗਾ। ਇੱਥੇ ਮੈਂ ਮੈਦਾ ਲਿਆ ਹੈ 1/2 ਕੱਪ, ਅਤੇ ਨਾਲ ਹੀ ਮੈਂ ਨਮਕ ਲਿਆ। ਸੋਇਆਬੀਨ ਨੂੰ ਮੈਂ ਰਾਤੀ ਭੇਂ ਕੇ ਰੱਖ ਲਿਆ ਸੀ, ਅਤੇ ਮੇਜਰਮੈਂਟ ਲਈ ਤੁਸੀਂ ਸੇਮ ਕੁਆਂਟਿਟੀ ਲੈਣੀ ਹੈ, ਕੋਈ ਵੀ ਲੈ ਲਓ, ਇੱਕ ਕੋਲੀ ਲੈ ਲਓ ਜਾਂ ਕੱਪ ਲੈ ਲਓ, ਦੋਵੇਂ ਕੁਆਂਟਿਟੀ ਤੁਹਾਡੀ ਹੈ ਸੇਮ ਹੋਣੀ ਚਾਹੀਦੀ ਹੈ। ਇੱਥੇ ਮੈਂ ਹੁਣ ਸੋਇਆਬੀਨ ਜਿਹੜੀ ਹੈ ਗ੍ਰਾਇੰਡ ਕਰ ਲਵਾਂਗੀ ਥੋੜ੍ਹਾ ਜਿਹਾ ਪਾਣੀ ਪਾ ਕੇ, ਜ਼ਿਆਦਾ ਨਹੀਂ ਪਾਣੀ ਪਾਉਣਾ, ਨਹੀਂ ਤਾਂ ਬਹੁਤ ਪਤਲਾ ਹੋ ਜਾਏਗਾ ਤੁਹਾਡਾ ਜਿਹੜਾ ਬੈਟਰ। ਥੋੜ੍ਹਾ ਜਿਹਾ ਪਾਣੀ ਪਾ ਕੇ ਇਹਨੂੰ ਗ੍ਰਾਇੰਡ ਕਰ ਲੈਣਾ। ਇਸ ਤਰ੍ਹਾਂ ਦਾ ਪੇਸਟ ਬਣ ਜਾਣਾ ਹੈ। ਇਹਨੂੰ ਮੈਂ ਇੱਕ ਬਾਊਲ ਦੇ ਵਿੱਚ ਕੱਢ ਲਵਾਂਗੀ। ਉਸੇ ਜਾਰ ਦੇ ਵਿੱਚ ਹੁਣ ਮੈਂ ਜਿਹੜੀ ਸੋਇਆ ਚੰਕਸ ਹੈ ਉਹਨੂੰ ਵੀ ਗ੍ਰਾਇੰਡ ਕਰ ਲਵਾਂਗੀ। ਸੋਇਆ ਚੰਕਸ ਦੇ ਵਿੱਚ ਪਾਣੀ ਪਾਉਣ ਦੀ ਲੋੜ ਨਹੀਂ ਹੈ ਕਿਉਂਕਿ ਇਹਦੇ ਵਿੱਚ ਆਲਰੇਡੀ ਹੁੰਦਾ ਹੈ, ਪੇਸਟ ਤਾਂ ਬਣ ਕੇ ਤਿਆਰ ਹੈ, ਬਿਲਕੁਲ ਇਸ ਤਰ੍ਹਾਂ ਦਾ ਹੀ ਸਾਨੂੰ ਪੇਸਟ ਚਾਹੀਦਾ। ਅਤੇ ਇਹਨੂੰ ਵੀ ਮੈਂ ਇੱਕ ਬਾਊਲ ਦੇ ਵਿੱਚ ਕੱਢ ਲਵਾਂਗੀ। ਹੁਣ ਹਲਕਾ ਜਿਹਾ ਇਹਦੇ ਵਿੱਚ ਨਮਕ ਪਾਉਣਾ, ਬਿਲਕੁਲ ਲਾਈਟ ਜਿਹਾ ਪਾਉਣਾ, ਜ਼ਿਆਦਾ ਨਹੀਂ ਪਾਉਣ ਦੀ ਲੋੜ। ਇਹਨਾਂ ਨੂੰ ਮਿਕਸ ਕਰ ਦੇਣਾ, ਸਾਰੀ ਚੀਜ਼ਾਂ ਨੂੰ ਮਿਕਸ ਕਰਕੇ, ਅਤੇ ਫਿਰ ਇਹਦੇ ਵਿੱਚ ਐਡ ਕਰਾਂਗੇ ਅਸੀਂ ਮੈਦਾ, ਹੌਲੀ ਹੌਲੀ ਕਰਕੇ ਐਡ ਕਰਨਾ ਹੈ। ਅਤੇ ਸੋਫਟ ਜਿਹਾ ਇਹਦਾ ਡੋ ਤਿਆਰ ਕਰ ਲੈਣਾ। ਮੈਦਾ ਮੈਂ ਇੱਥੇ ਯੂਜ਼ ਕੀਤਾ ਹੈ 1.5 ਕੱਪ, ਇਹਦਾ ਬਹੁਤ ਹੀ ਸੋਫਟ ਆਟਾ ਬਣ ਕੇ ਤਿਆਰ ਹੁੰਦਾ, ਅਤੇ ਇਸ ਕਰਕੇ ਮੈਦਾ ਇਹਦੇ ਵਿੱਚ ਜ਼ਿਆਦਾ ਲੱਗਦਾ। ਹੁਣ ਹਲਕਾ ਜਿਹਾ ਤੇਲ ਲਾ ਕੇ ਇਹਨੂੰ ਰੱਖ ਦਾਂਗੇ 5 ਮਿੰਟ ਲਈ। ਪੰਜ ਮਿੰਟ ਮੈਨੂੰ ਹੋ ਗਏ ਆ ਆਟਾ ਰੱਖੇ ਨੂੰ, ਅਤੇ ਹੁਣ ਮੈਂ ਇੱਥੇ ਪੇੜਾ ਲਾਂਗੀ ਇੱਕ ਵੱਡਾ ਸਾਰਾ, ਅਤੇ ਉਹਦੀ ਇੱਕ ਰੋਟੀ ਵੇਲ ਲਾਂਗੀ। ਇਹਨੂੰ ਥੋੜ੍ਹਾ ਜਿਹਾ ਮੋਟਾ ਰੱਖਣਾ ਰੋਟੀ ਨੂੰ। ਬਿਲਕੁਲ ਹਲਕੇ ਹੱਥਾਂ ਨਾਲ ਵੇਲਣਾ ਹੈ, ਆਟਾ ਬਹੁਤ ਸੋਫਟ ਹੈ, ਟੁੱਟਣ ਦਾ ਵੀ ਚਾਂਸ ਹੁੰਦਾ। ਅਤੇ ਇਹਨੂੰ ਮੈਂ ਇੱਦਾਂ ਸ਼ੇਪ ਦੇ ਵਿੱਚ ਕੱਟ ਲਵਾਂਗੀ। ਲਿਡਸ ਨਹੀਂ ਮੈਂ ਇਹਦੀ ਯੂਜ਼ ਕਰਾਂਗੀ, ਸਾਈਡਸ ਮੈਂ ਲਾ ਕੇ ਰੱਖ ਦਾਂਗੀ। ਮੈਂ ਆਈਸਕ੍ਰੀਮ ਸਟਿਕਸ ਦਾ ਯੂਜ਼ ਕਰ ਰਹੀ ਹਾਂ ਇੱਥੇ ਚਾਪਸਟਿਕ ਬਣਾਉਣ ਲਈ, ਅਤੇ ਮਾਰਕੀਟ 'ਚ ਈਜ਼ੀਲੀ ਮਿਲ ਜਾਂਦੀਆਂ ਹੈ। ਅਤੇ ਇਹਨੂੰ ਇਸ ਤਰ੍ਹਾਂ ਫੋਲਡ ਕਰਾਂਗੇ ਬਿਲਕੁਲ ਹਲਕੇ ਹੱਥਾਂ ਨਾਲ, ਕਿਉਂਕਿ ਇਹ ਬਹੁਤ ਜ਼ਿਆਦਾ ਸੋਫਟ ਹੈ ਅਤੇ ਟੁੱਟ ਸਕਦਾ ਹੈ ਇੱਦਾਂ ਫੋਲਡ ਕਰਨ ਨਾਲ। ਅਤੇ ਇਹਨੂੰ ਇਸ ਤਰ੍ਹਾਂ ਫੋਲਡ ਕਰਨਾ, ਅਤੇ ਇਹਨੂੰ ਥੱਲਿਓਂ ਦੀ ਇੱਦਾਂ ਪ੍ਰੈਸ ਕਰ ਦੇਣਾ ਕਿ ਜਿਹੜਾ ਇਹ ਖੁੱਲ੍ਹੇ ਨਾ ਬੋਇਲ ਕਰਦੇ ਹੋਇਆ। ਅਤੇ ਇਹਦੇ ਵਿੱਚ ਜ਼ਿਆਦਾ ਲੇਅਰਸ ਪਾਉਣ ਦੀ ਲੋੜ ਨਹੀਂ, ਤੁਹਾਨੂੰ 2 ਤੋਂ ਵੱਧ ਨਾ ਪਾਇਓ, ਕਿਉਂਕਿ ਫਿਰ ਜਿਹੜੀਆਂ ਲੇਅਰਸ ਹੈ ਨਾ ਉਹ ਬਿਲਕੁਲ ਸਹੀ ਨਹੀਂ ਆਉਂਦੀਆਂ ਹੈਗੀਆਂ। ਇਸੇ ਤਰ੍ਹਾਂ ਮੈਂ ਸਾਰੀਆਂ ਬਣਾ ਕੇ ਤਿਆਰ ਕਰ ਲਵਾਂਗੀ। ਆਟਾ ਮੈਂ ਇਸ ਕਰਕੇ ਪਾ ਰਹੀ ਹਾਂ ਕਿਉਂਕਿ ਆਟਾ ਬਹੁਤ ਸੋਫਟ ਆ ਅਤੇ ਚਿਪਕਦਾ ਪਿਆ ਸੀ ਨਾਲ, ਅਤੇ ਜਦੋਂ ਤੁਸੀਂ ਘਰ ਬਣਾਓਗੇ ਅਤੇ
ਉਹਦੇ 'ਤੇ ਥੋੜ੍ਹਾ ਜਿਹਾ ਆਟਾ ਜਿਹੜਾ ਆ ਡਸਟ ਕਰ ਲਿਓ, ਸਪ੍ਰਿੰਕਲ ਕਰ ਲਿਓ ਕਿ ਜਿਹੜਾ ਤੁਹਾਡੀਆਂ ਜਿਹੜੀਆਂ ਚਾਪਸ ਆ ਇੱਕ ਦੂਜੇ ਦੇ ਨਾਲ ਨਾ ਚਿਪਕਣ। ਅਤੇ ਇੱਥੇ ਮੇਰੀਆਂ ਚਾਪਸ ਰੈਡੀ ਹੋ ਗਈਆਂ ਅਤੇ ਮੈਂ ਪਾਣੀ ਬੋਇਲ ਹੋਣ ਵਾਸਤੇ ਰੱਖਤਾ ਸੀ। ਅਤੇ ਜਿੱਦਾਂ ਹੀ ਪਾਣੀ ਬੋਇਲ ਹੁੰਦਾ ਤਾਂ ਉਹਦੇ ਵਿੱਚ ਚਾਪਸ ਅਸੀਂ ਪਾ ਦੇਣੀਆਂ, ਓਨੀਆਂ ਹੀ ਪਾਉਣੀਆਂ ਜਿੰਨੀਆਂ ਕਿ ਇਹਦੇ ਵਿੱਚ ਡੁੱਬ ਸਕਣ। 2 ਤੋਂ 3 ਮਿੰਟ ਲੱਗਣਗੇ ਅਤੇ ਇਹਨਾਂ ਨੇ ਆਪੇ ਉੱਤੇ ਉਤਾਰ ਆਉਣਾ। ਅਤੇ ਇਹਨੂੰ ਹਾਈ ਫਲੇਮ 'ਤੇ ਹੀ ਪਕਾਉਣਾ ਅਸੀਂ। ਮੈਂ ਹਾਈ ਫਲੇਮ 'ਤੇ ਹੀ ਇਹਨੂੰ ਪਕਾਇਆ ਅਤੇ ਮੈਨੂੰ 20 ਤੋਂ 25 ਮਿੰਟ ਲੱਗ ਗਏ ਇਹਨਾਂ ਨੂੰ ਪਕਾਉਣ 'ਚ। ਵੱਧ ਤੋਂ ਵੱਧ ਇਹਨੂੰ ਰੱਖੋਗੇ ਵਧੀਆ ਇਹ ਬਣ ਕੇ ਤਿਆਰ ਹੋਣਗੀਆਂ, ਨਹੀਂ ਤਾਂ ਕਈ ਵਾਰੀ ਜਿਹੜੀ ਹੈ ਕਿ ਵਿੱਚੋਂ ਕੱਚੀ ਰਹਿ ਜਾਂਦੀ ਹੁੰਦੀ ਆ। ਚਾਪਸਟਿਕ ਮੇਰੀ ਰੈਡੀ ਹੈ ਅਤੇ ਦੇਖੋ ਪਾਣੀ ਮੈਂ ਕਿੰਨਾ ਪਾਇਆ ਸੀ, ਕਿੰਨਾ ਹੋ ਗਿਆ। ਅਤੇ ਇਹਨੂੰ ਮੈਂ ਠੰਡੇ ਪਾਣੀ 'ਚ ਕੱਢ ਲਵਾਂਗੀ। ਬਰਫ਼ ਪਾਈ ਹੈ ਮੈਂ ਪਾਣੀ ਦੇ ਵਿੱਚ, ਅਤੇ ਇਸ ਕਰਕੇ ਪਾਈ ਹੈ ਕਿਉਂਕਿ ਮੈਂ ਹਜੇ ਨਹੀਂ ਬਣਾਉਣੀ ਹੈਗੀ ਹੈ। ਅਤੇ ਇਹਨੂੰ ਮੈਂ ਸਟੋ ਕਰ ਲਵਾਂਗੀ। ਅਤੇ ਜੇ ਤੁਸੀਂ ਬਣਾਉਣੀ ਹੈ ਸਬਜ਼ੀ ਇਹਦੀ ਤਾਂ ਤੁਸੀਂ ਇਹਨੂੰ ਠੰਡੇ ਪਾਣੀ 'ਚ ਨਾ ਪਾਇਓ। ਅਤੇ ਆਹ ਵੇਖੋ ਮੈਂ ਤੁਹਾਨੂੰ ਕੱਢ ਕੇ ਦਿਖਾ ਰਹੀ ਹਾਂ, ਸੌਖੀ ਨਿਕਲ ਜਾਂਦੀ ਹੈ। ਅਤੇ ਮੈਂ ਤੁਹਾਨੂੰ ਕੱਟ ਕੇ ਵੀ ਦਿਖਾਵਾਂਗੀ ਕਿ ਕਿਵੇਂ ਦੀ ਬਣੀ ਹੈ। ਇਹ ਹਜੇ ਥੋੜ੍ਹੀ ਗਿੱਲੀ ਹੈਗੀ ਹੈ ਅਤੇ ਇਸ ਕਰਕੇ ਇੱਦਾਂ ਦੀ ਲੱਗ ਰਹੀ ਹੈ, ਜਦੋਂ ਸੁੱਕ ਜਾਂਦੀ ਹੈ ਅਤੇ ਫਿਰ ਵਧੀਆ ਰਾ ਕਲਰ ਆਉਂਦਾ ਇਹਦਾ। ਬਿਲਕੁਲ ਸੌਫਟ ਹੋ ਗਈ ਹੈ, ਇਹ ਦੇਖੋ ਕਿੰਨੀ ਵਧੀਆ ਬਣ ਕੇ ਤਿਆਰ ਹੋਈ ਹੈ। ਇਹਨੂੰ ਤੁਸੀਂ ਸਟੋਰ ਵੀ ਕਰ ਸਕਦੇ ਹੋ 1 ਮਹੀਨੇ ਵਾਸਤੇ। ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਹੈ ਤਾਂ ਪਲੀਜ਼ ਲਾਈਕ, ਸ਼ੇਅਰ ਅਤੇ ਕਮੈਂਟ ਜ਼ਰੂਰ ਕਰਿਓ ਅਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ, ਅਤੇ ਨਾਲ ਹੀ ਨੋਟੀਫਿਕੇਸ਼ਨ ਦੀ ਬੈਲ ਹੈ ਉਹਨੂੰ ਵੀ ਹਿੱਟ ਕਰਿਓ। ਥੈਂਕ ਯੂ ਫੋਰ ਵਾਚਿੰਗ ਮਾਈ ਵੀਡੀਓ।